ਮੈਂ ਐਡਵੋਕੇਟ ਬਣਿਆ, ਮੈਂ ਸ਼ਕਲੋਂ ਤਾਂ ਨਹੀਂ ਲੱਗ ਰਿਹਾ ਨਾ, ਪਰ ਉਹਦੇ ਵਿੱਚ ਮੈਂ ਲੱਗ ਰਿਹਾ, ਤੈਨੂੰ ਮੈਂ ਦੱਸ ਦੇਣਾ ਤੂੰ ਕੀ ਝਾਕੀ ਜਾਂਦਾ। ਉਹ ਤਾਂ ਫਿਲਮ ਦੇਖ ਵੀਰੇ, ਦੇਖ ਲਈ ਯਾਰ ਫਿਲਮ, ਖੁਸ਼ਖਬਰੀ ਆਪਣੀ ਭਾਈ। ਅਸੀਂ ਦੇਖ ਕੇ ਇੱਕ ਮਿੰਟ 'ਚ ਇੱਦਾਂ ਬੋਲ ਦਿੰਦੇ ਹਾਂ ਕਿ ਯਾਰ ਕਲਾਕਾਰਾਂ ਦੀ ਲਾਈਫ ਬੜੀ ਘੈਂਟ ਹੈ, ਹੈ ਨਾ। ਇਹ ਤਾਂ ਫਿਲਮਾਂ 'ਚ ਬੈਕ ਟੂ ਬੈਕ ਆਈ ਜਾ ਰਹੇ ਨੇ, ਪਰ ਆਈ ਮਸਟ ਸੇ ਸਲਿਊਟ ਹੈ ਸਾਰੇ ਕਲਾਕਾਰਾਂ ਨੂੰ। ਤੁਸੀਂ ਇੰਨੀ ਉਮਰ, ਇੰਨੀ ਗਰਮੀ ਦੇ ਵਿੱਚ ਕੰਮ ਕਰ ਰਹੇ ਹੋ, ਔਰ ਕਿੰਨੀ ਦੇਰ ਦਾ ਮੈਂ ਦੇਖ ਰਹੀ ਹਾਂ। ਜੈਕਟ ਪਵਾਈ ਸੀ ਇਹਨਾਂ ਨੇ। ਓਕੇ, ਅਤੇ ਮਤਲਬ ਫਿਰ ਸਲਿਊਟ ਤਾਂ ਬਣਦਾ ਨਾ। ਨਹੀਂ ਨਹੀਂ ਨਹੀਂ, ਚਲੋ ਕੰਮ ਤਾਂ ਕੋਈ ਵੀ ਨਹੀਂ ਸੌਖਾ, ਮਿਹਨਤ ਤਾਂ ਕਰਨੀ ਪੈਂਦੀ ਹੈ, ਸੋ ਮਿਹਨਤ ਕਰਾਂਗੇ ਉਹਦਾ ਫਲ ਮਿਲੂਗਾ। ਪਰ ਜ਼ਿੰਦਗੀ ਦੀ ਇਹੋ ਜਿਹੀ ਕਿਹੜੀ ਖੁਸ਼ਖਬਰੀ ਹੈ ਹਾਰਮੀ ਸੰਘਾ ਜੀ ਦੀ ਕਿ ਉਹਨਾਂ ਨੂੰ ਹਮੇਸ਼ਾ ਉਹ ਖੁਸ਼ਖਬਰੀ ਯਾਦ ਕਰਕੇ ਸਕੂਨ ਮਿਲਦਾ। ਮਿਸ ਕਰਦਾ ਆਪਣੇ ਬੇਬੇ ਬਾਪੂ ਨੂੰ, ਮਿਸ ਕਰਦਾ ਹੁਣ ਇੱਥੇ ਸੈੱਟਦੇ ਹਾਂ, ਆਪਣੀ ਫੈਮਿਲੀ ਨੂੰ ਮਿਸ ਕਰਦੇ ਹਾਂ, ਬੱਚਿਆਂ ਨੂੰ, ਵਾਈਫ ਨੂੰ। ਸੋ ਬੱਚੇ ਅੱਜ ਕੱਲ੍ਹ ਫੋਨ ਦੇ ਬੜੇ ਯੂਜ਼ ਟੂ ਨੇ, ਹੈ ਨਾ। ਉਹਨਾਂ ਨੂੰ ਜਦੋਂ ਮੌਕਾ ਮਿਲਦਾ ਨਾਲ ਦੇ ਨਾਲ ਹੀ ਸੰਗੇ ਚੱਕ ਲੈ ਯਾਰ, ਬੇਬੇ ਸਰਬ ਇੱਕ ਮਾਂ ਰੱਖ ਦੇ ਫੋਨ, ਤੈਨੂੰ ਮੈਂ ਦੱਸ ਦਿੰਦਾ। ਇਹਦੇ ਵਿੱਚ ਇੱਕ ਕਰੈਕਟਰ ਬੜਾ ਵਧੀਆ ਹੈ, ਵੀਨੂ ਭਾਜੀ ਅਤੇ ਪਾਇਲ ਰਾਜਪੂਤ, ਉਹ ਮੇਨ ਤੇ ਆ, ਮਾਤਾ ਨਿਰਮਲ ਰਿਸ਼ੀ ਜੀ, ਕੰਟੈਂਟ ਬਹੁਤ ਵਧੀਆ ਹੈ, ਕੰਟੈਂਟ ਵਧੀਆ। ਜੇ ਮੈਂ ਦੱਸਦਾ ਨਾ ਤੇ ਮੇਰੀ ਨਹੀਂ ਪੇਮੈਂਟ ਮਾਰ ਲੈਣੀ। ਅੱਛਾ ਨਹੀਂ, ਪਰ ਮੇਰੇ ਕੋਲ ਇੱਕ ਛੋਟਾ ਜਿਹਾ ਹਿੰਟ ਜ਼ਰੂਰ ਹੈ। ਪਹਿਲਾਂ ਦੱਸਦਾ ਤੈਨੂੰ ਮੈਨੂੰ? ਹਾਂ ਨਹੀਂ ਨਹੀਂ, ਮੈਂ ਪੁੱਛਾਂਗੀ ਉਹਨਾਂ, ਤੁਸੀਂ ਜਵਾਬ ਉਹਨਾਂ ਕਾ ਦਈਓ, ਆਪਾਂ ਦੱਸਣੀ ਨਹੀਂ ਸਾਰੀ ਗੱਲ। ਦੇਖਣਾ ਕਮਾਈ ਨਹੀਂ ਕੀ ਹੈ, ਤੁਹਾਨੂੰ ਵੀ ਪਤਾ ਹੀ ਹੈ ਨਾ, ਸਾਡੀਆਂ ਜੇ ਕਿਤੇ ਗਵਰਨਮੈਂਟ ਦੀਆਂ ਪਾਲਿਸੀਆਂ ਵਧੀਆ ਬਣ ਗਈਆਂ, ਕਿਹੜਾ ਦਿਲ ਕਰਦਾ ਮੈਂ 35-40 ਲੱਖ ਰੁਪਈਆ ਲਾ ਕੇ। ਚੱਕਰ ਹੈਗਾ ਜਿਹੜੇ ਬਾਹਰੋਂ ਫੋਟੋਆਂ ਪਾਉਂਦੇ ਮੇਰੇ ਵਰਗੇ ਚਵਲ, ਮੈਂ ਨਹੀਂ ਆਹ ਦੇਖੋ ਇੱਦਾਂ, ਉਹ ਫਿਰ ਇੱਧਰ ਬੱਚੇ ਐਕਸਾਈਟਡ ਹੁੰਦੇ ਆ, ਮੈਂ ਨਹੀਂ ਪਾਪਾ ਮੈਂ ਵੀ ਬਾਹਰ ਜਾਣਾ। ਵੀਨੂ ਭਾਅ ਜੀ ਨਾਲ ਤੁਸੀਂ ਫਿਲਮ ਦੇ ਵਿੱਚ ਹੈਗੇ, ਹੁਣ ਵੀ ਮੈਂ ਦੇਖਿਆ ਟੇਬਲ 'ਚ ਇਕੱਠੇ ਬੈਠੇ, ਪਤਾ ਨਹੀਂ ਕੀ ਗੱਲਾਂ ਮਾਰਦੇ ਸੀ, ਫਿਲਮ 'ਚ ਸੁਣਾਂਗੇ। ਤੁਹਾਨੂੰ ਪਤਾ ਹੀ ਆ ਵੀਨੂ ਭਾਅ ਜੀ ਦਾ, ਉਹ ਬੰਦਾ ਖੁਰਾਵਾਦੀ ਆ, ਸ਼ੁਗਰ ਲਾਉਂਦਾ, ਟੈਨਸ਼ਨ ਨਹੀਂ, ਉਹ ਨਾ ਉਹ ਟੈਨਸ਼ਨ ਦਿੰਦਾ ਅਤੇ ਨਾ ਉਹ ਟੈਨਸ਼ਨ ਲੈਂਦਾ। ਚੰਗੇ, ਓਹੋ ਚੱਲ ਦੁਬਾਰਾ ਮੈਨੂੰ ਭਾਈ ਤਾਸ਼ ਬਹੁਤ ਖੇਡਦਾ। ਕਿਹੜੀ ਭਾਬੀ ਬਣੇ ਤੁਸੀਂ? ਦੋ ਵਾਰੀ ਆ ਭਾਰ ਆਇਆ ਭਾਰ, ਮੈਂ ਤਾਂ ਜੱਗੀ ਸੀ ਤੇ ਮੈਨੂੰ ਮਾਈ ਤੇ ਵਿੱਕੀ ਸੀ। ਭਾਜੀ ਅੱਜ ਹਵਾਈ ਜਹਾਜ਼ਾਂ ਦੇ ਤੁਸੀਂ ਗੇੜੇ ਕੱਢਦੇ ਹੋ, ਬਾਹਰਲੇ ਮੁਲਕਾਂ 'ਚ ਕੰਮ ਕਰਕੇ ਆਉਂਦੇ ਹੋ, ਘੁੰਮ ਕੇ ਆਉਂਦੇ ਹੋ, ਇੰਨੀ ਸਟੇਬਿਲਿਟੀ ਲਾਈਫ ਦੇ ਵਿੱਚ ਮਿਹਨਤ ਨਾਲ ਬਣਾ ਲਈ ਹੈ ਕਿ ਇੱਕ ਨਾਮ ਬਣਾ ਚੁੱਕੇ ਹੋ, ਹੈ ਨਾ। ਸ਼ੁਕਰਾਨਾ ਕਰੀ, ਕੋਈ ਟੈਂਪੂ ਦੇ ਜਾਣ ਦਿੰਦਾ ਮਹਾਰਾਜ ਨੇ ਸੌਣ ਵਾਲੀਆਂ ਸੀਟਾਂ ਦੇ ਵਿੱਚ ਬਿਠਾ ਕੇ ਭੇਜ ਦੇਣਾ ਕਹਿੰਦਾ ਜਾ। ਜਿਹੜਾ ਕੁੱਲ ਦੁਨੀਆ ਨੂੰ ਤਾਰ ਗਿਆ, ਜਿਹੜਾ ਸੱਚ ਦਾ ਹੋਕਾ ਮਾਰ ਗਿਆ, ਹੱਥ ਆਪਣੇ ਨਾਲ ਵਾ ਗਿਆ ਫੱਟੀ ਤੇ ਕੁਮਕਾ, ਉੱਚਾ ਦਰ ਬਾਬੇ ਨਾਨਕ ਦਾ ਲੜ ਲੱਗ ਕੇ ਹੋ ਜੋ ਪਾ, ਉੱਚਾ ਦਰ ਬਾਬੇ ਨਾਨਕ ਦਾ। ਸੋ ਖੁਸ਼ਖਬਰੀ ਦੇ ਸੈੱਟ 'ਤੇ ਅਸੀਂ ਆਏ ਹੋਏ ਹਾਂ, ਐਂਡ ਇੱਥੇ ਸਾਰੇ ਆਪਣਾ ਪਰਿਵਾਰ ਮਿਲਦਾ ਜਾ ਰਿਹਾ ਇੱਕ ਇੱਕ ਕਰਕੇ। ਹੁਣ ਉਹ ਨੇ ਜਿਹੜੇ ਹਰ ਫਿਲਮ ਦੇ ਜ਼ਰੀਏ ਸਾਨੂੰ ਸਿਖਾਉਂਦੇ ਵੀ ਨੇ, ਹਸਾਉਂਦੇ ਵੀ ਨੇ, ਪਰ ਹਾਂ ਖੁਸ਼ੀਆਂ ਹੀ ਵੰਡ ਕੇ ਜਾਂਦੇ ਨੇ। ਸੋ ਮੈਂ ਗੱਲ ਕਰ ਰਹੀ ਹਾਂ ਹਰਬੀ ਸੰਘਾ ਜੀ ਦੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਕਮਾਂਡ? ਠੀਕ ਠਾਕ? ਬਿਲਕੁਲ ਠੀਕ, ਤੁਸੀਂ ਕਿਵੇਂ ਹੋ? ਰੋਜ਼ਾਨਾ ਸਪੋਕਸਮੈਨ, ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀਰ ਜੀ ਦੇ ਬਾਦਰ। ਭਾਈ ਅਸੀਂ ਦੇਖ ਕੇ ਇੱਕ ਮਿੰਟ 'ਚ ਇੱਦਾਂ ਬੋਲ ਦਿੰਦੇ ਹਾਂ ਕਿ ਯਾਰ ਕਲਾਕਾਰਾਂ ਦੀ ਲਾਈਫ ਬੜੀ ਘੈਂਟ ਹੈ, ਹੈ ਨਾ। ਇਹ ਤਾਂ ਫਿਲਮਾਂ 'ਚ ਬੈਕ ਟੂ ਬੈਕ ਆਈ ਜਾ ਰਹੇ ਨੇ, ਪਰ ਆਈ ਮਸਟ ਸੇ ਸਲਿਊਟ ਹੈ ਸਾਰੇ ਕਲਾਕਾਰਾਂ ਨੂੰ। ਤੁਸੀਂ ਇੰਨੀ ਉਮਰ, ਇੰਨੀ ਗਰਮੀ ਦੇ ਵਿੱਚ ਕੰਮ ਕਰ ਰਹੇ ਹੋ, ਔਰ ਕਿੰਨੀ ਦੇਰ ਦਾ ਮੈਂ ਦੇਖ ਰਹੀ ਹਾਂ, ਘੰਟੇ ਦਾ ਘੱਟੋ ਘੱਟ ਇਹ ਸ਼ਾਟ ਦੇ ਕੇ। ਮੇਰੀ ਮੇਰੀ ਗੱਲ ਸੁਣੋ, ਮੈਂ ਜੈਕਟ ਲਾ ਕੇ ਆਇਆ। ਅੱਛਾ, ਜੈਕਟ ਵਾਲੇ ਜੈਕਟ ਪਵਾਈ ਸੀ ਇਹਨਾਂ ਨੇ। ਓਕੇ, ਹਾਂ, ਅਤੇ ਮਤਲਬ ਫਿਰ ਸਲਿਊਟ ਤਾਂ ਬਣਦਾ ਨਾ? ਨਹੀਂ ਨਹੀਂ ਨਹੀਂ, ਚਲੋ ਪਰਮਾਤਮਾ ਦੀ ਕਿਰਪਾ ਦੇ ਨਾਲ ਚੱਲੀ ਜਾਂਦਾ। ਪਰ ਇਨ ਦ ਐਂਡ ਮੈਂ ਸੱਚੀ ਕਹੂੰਗੀ, ਕਲਾਕਾਰਾਂ ਦੀ ਜ਼ਿੰਦਗੀ ਸਭ ਤੋਂ ਔਖੀ ਹੈ, ਬਹੁਤ ਔਖੀ ਹੈ। ਠੀਕ ਹੈ, ਹੁਣ ਜੇ ਆਪਾਂ ਕੋਈ ਵੀ ਕੰਮ ਕਹੀਏ, ਹੈ ਨਾ, ਕੰਮ ਤਾਂ ਕੋਈ ਵੀ ਨਹੀਂ ਸੌਖਾ, ਮਿਹਨਤ ਤਾਂ ਕਰਨੀ ਪੈਂਦੀ ਹੈ, ਸੋ ਮਿਹਨਤ ਕਰਾਂਗੇ ਉਹਦਾ ਫਲ ਮਿਲੂਗਾ। ਅੱਛਾ, ਮੈਂ ਤੁਹਾਡੇ ਕੋਲੋਂ ਜਾਣਾ ਚਾਹਾਂਗੀ, ਤੁਸੀਂ ਫਿਲਮ ਲੈ ਕੇ ਆ ਰਹੇ ਹੋ ਖੁਸ਼ਖਬਰੀ,
ਠੀਕ ਹੈ, ਪਰ ਜ਼ਿੰਦਗੀ ਦੀ ਇਹੋ ਜਿਹੀ ਕਿਹੜੀ ਖੁਸ਼ਖਬਰੀ ਹੈ ਹਰਬੀ ਸੰਘਾ ਜੀ ਦੀ ਕਿ ਉਹਨਾਂ ਨੂੰ ਹਮੇਸ਼ਾ ਉਹ ਖੁਸ਼ਖਬਰੀ ਯਾਦ ਕਰਕੇ ਸਕੂਨ ਮਿਲਦਾ? ਮੈਂ ਆਪਣਾ ਟੱਬਰ ਮਿਸ ਕਰਦਾ, ਮੈਂ ਆਪਣੇ ਬੇਬੇ ਬਾਪੂ ਨੂੰ ਮਿਸ ਕਰਦਾ, ਹੁਣ ਇੱਥੇ ਸੈੱਟਦੇ ਹਾਂ, ਆਪਣੀ ਫੈਮਿਲੀ ਨੂੰ ਮਿਸ ਕਰਦੇ ਹਾਂ, ਬੱਚਿਆਂ ਨੂੰ, ਵਾਈਫ ਨੂੰ। ਹਾਂਜੀ, ਸੋ ਮੈਨੂੰ ਇਹ ਗੱਲ ਦੱਸੋ, ਬੱਚੇ ਅੱਜ ਕੱਲ੍ਹ ਫੋਨ ਦੇ ਬੜੇ ਯੂਜ਼ ਟੂ ਨੇ, ਹੈ ਨਾ, ਉਹਨਾਂ ਨੂੰ ਜਦੋਂ ਮੌਕਾ ਮਿਲਦਾ ਨਾਲ ਦੇ ਨਾਲ ਹੀ ਚੱਕ ਲੈਂਦੇ, ਨਾਲ ਹੀ ਚੱਕ ਲੈ, ਹਲਾਂ ਕਿਸੇ ਨੇ ਬੜਾ ਉਹਨਾਂ ਨੂੰ ਕਹਿਣਾ ਸੰਗੇ ਚੱਕ ਲੈ ਯਾਰ, ਪੇ ਯਾਰ ਇੱਕ ਮੈਂ ਰੱਖ ਦੇ ਫੋਨ, ਤੈਨੂੰ ਮੈਂ ਦੱਸ ਦਿੰਦਾ, ਪਰ ਕਰਦੇ ਰਹਿੰਦੇ ਨੇ ਫੋਨ। ਬਿਲਕੁਲ ਬਿਲਕੁਲ, ਉਹ ਫਿਰ ਉਹ ਤਾਂ ਹਟ ਵੀ ਜਾਂਦੇ ਜੀ। ਤੁਸੀਂ ਫਿਲਮ ਦੀ ਸ਼ੂਟਿੰਗ ਯੂਕੇ ਵੀ ਕਰਕੇ ਆਏ ਹੋ, ਇੱਥੇ ਆ ਕੇ ਵੀ ਕਰ ਰਹੇ ਹੋ, ਹੈ ਨਾ, ਪਰ ਖੁਸ਼ਖਬਰੀ ਦਾ ਇਹੋ ਜਿਹਾ ਕਿਹੜਾ ਇਮੋਸ਼ਨ ਹੈ ਜਿਹੜਾ ਤੁਹਾਨੂੰ ਐਜ਼ ਐਨ ਆਰਟਿਸਟ ਖੁਦ ਨੂੰ ਵੀ ਕਨੈਕਟਿਵ ਲੱਗਦਾ? ਇੱਕ ਨਾ ਵੱਖਰਾ ਜਿਹਾ ਕੰਟੈਂਟ ਸਬਜੈਕਟ ਬਹੁਤ ਵਧੀਆ ਆ, ਇਹਦੇ ਪ੍ਰੋਡਿਊਸਰ ਹੈਗੇ ਆ ਜਤਿੰਦਰ ਭਾਅ ਜੀ, ਉਹ ਦੀਪ ਹੋਣੀ ਆ ਯੂਕੇ ਤੋਂ, ਜਤਿੰਦਰ ਭਾਅ ਜੀ USA ਤੋਂ, ਅਤੇ ਪੰਕਜ ਭਾਅ ਜੀ ਹੋਣੀ ਪ੍ਰੋਡਕਸ਼ਨ ਕਰ ਰਹੇ ਇਹਦੀ, ਅਤੇ ਬਾਕੀ ਇਹ ਗੱਲਾਂ, ਇਹਦੇ ਵਿੱਚ ਇੱਕ ਕਰੈਕਟਰ ਬੜਾ ਵਧੀਆ ਸੀ ਬੀਨੂ ਭਾਅ ਜੀ ਅਤੇ ਪਾਲ ਰਾਜਪੂਤ, ਉਹ ਮੇਨ ਤੇ ਆ, ਮਾਤਾ ਨਿਰਮਲ ਰਿਸ਼ੀ ਜੀ, ਹੈ ਨਾ, ਜੱਗੀ ਵੀਰਾ ਵੀ ਇਸ ਫਿਲਮ 'ਚ, ਸੋ ਇਹਦੇ ਵਿੱਚ ਮੈਨੂੰ ਇਹਨਾਂ ਨੇ ਦੱਸਿਆ ਵੀ ਇੱਕ ਕਰੈਕਟਰ ਤੇਰਾ ਤੇਰੇ ਕਰਨ ਵਾਲਾ, ਵੀ ਉਹ UK ਦਾ ਵਕੀਲ ਆ। ਉਹ ਮੈਂ ਕਿਹਾ ਕਿਆ ਬਣ ਗਿਆ, ਅਤੇ ਮੇਰੀ, ਮੈਂ ਤਾਂ ਮਾਤਾ ਨਿਰਮਲ ਰਿਸ਼ੀ ਜੀ, ਅਸੀਂ ਉੱਥੇ, ਉਹ ਮੇਰੇ ਮਾਤਾ ਜੀ ਆਈ UK, ਉਹ ਵਕੀਲ ਆ ਉੱਧਰ, ਹੈ ਨਾ, ਉਹ ਇਹਨਾਂ ਦਾ ਪੈਚਅਪ ਕਰਾ ਰਿਹਾ ਵੀ ਕਿੱਦਾਂ ਸੈਟਲ ਕਰਨਾ ਕਿੱਦਾਂ, ਹੈ ਨਾ, ਅਤੇ ਬੜਾ ਵਧੀਆ ਕੰਟੈਂਟ, ਬਹੁਤ ਵਧੀਆ ਹੈ ਕੰਟੈਂਟ, ਵਧੀਆ। ਜੇ ਮੈਂ ਦੱਸਦਾ ਨਾ ਤੇ ਮੇਰੀ ਨਹੀਂ ਪੇਮੈਂਟ ਮਾਰ ਲੈਣੀ। ਅੱਛਾ, ਨਹੀਂ ਪਰ ਮੇਰੇ ਕੋਲ ਇੱਕ ਛੋਟਾ ਜਿਹਾ ਹਿੰਟ ਜ਼ਰੂਰ ਹੈ, ਮੈਂ ਉਹਦੇ ਬਾਰੇ ਜ਼ਰੂਰ ਗੱਲ ਕਰਾਂਗੀ। ਪਹਿਲਾਂ ਦੱਸਦਾ ਤੈਨੂੰ ਮੈਨੂੰ? ਨਹੀਂ ਨਹੀਂ, ਮੈਂ ਪੁੱਛਾਂਗੀ ਉਹਨਾਂ, ਤੁਸੀਂ ਜਵਾਬ ਉਹਨਾਂ ਕਾ ਦਈਓ, ਆਪਾਂ ਦੱਸਣੀ ਨਹੀਂ ਸਾਰੀ ਗੱਲ, ਠੀਕ ਹੈ। ਤੁਸੀਂ ਜਲੰਧਰ ਰਹਿੰਦੇ ਹੋ ਦੁਆਬਾ ਬੈਲਟ ਦੇ ਵਿੱਚ, ਉੱਥੇ ਬਹੁਤ ਜ਼ਿਆਦਾ ਕਰੇਜ਼ ਹੈ ਬਾਹਰ ਜਾਣ ਦਾ, ਠੀਕ ਹੈ। ਲੋਕ ਸਾਲੋ ਸਾਲ ਵੇਟ ਕਰਦੇ ਨੇ ਕਿ ਖੁਸ਼ਖਬਰੀ ਸਾਡੇ ਕੰਨਾਂ ਪਈਏ ਅਤੇ ਅਸੀਂ ਬਾਹਰ ਜਾਈਏ, ਪਰ ਬਾਹਰ ਗਿਆਂ ਦਾ ਵੀ ਇੱਕ ਵੱਖਰਾ ਹੀ ਸਟਰਗਲ ਹੈ ਲਾਈਫ ਦਾ। ਸੋ ਤੁਸੀਂ ਇੱਕ, ਤੁਸੀਂ ਉੱਦਾਂ ਵੀ ਅੱਖੀ ਦੇਖਦੇ ਹੋ ਅਤੇ ਇਸ ਫਿਲਮ 'ਚੋਂ ਜੋ ਕਿਰਦਾਰ ਨਿਭਾ ਰਹੇ ਹੋ ਉਹ ਵੀ ਇੱਕ ਇਹੋ ਜਿਹਾ ਕਿਰਦਾਰ ਹੈ ਜਿਹੜੇ ਇਹੋ ਜਿਹੇ ਲੱਖਾਂ ਪੰਜਾਬੀਆਂ ਨੂੰ ਦੇਖਦਾ ਜੋ ਬਾਹਰ ਜਾਣਾ ਚਾਹੁੰਦੇ ਹੈ ਜਾਂ ਜੋ ਵੀ ਪ੍ਰੋਸੈਸ ਹੁੰਦਾ ਲਾਈਫ ਦਾ। ਕੀ ਸਮਝਦੇ ਹੋ ਇਸ ਚੀਜ਼ ਨੂੰ ਲੈ ਕੇ ਕਿ ਇੱਥੋਂ ਦਾ ਜਿਹੜਾ ਯੂਥ ਹੈ ਉਹ ਬਾਹਰ ਜਾਣ ਨੂੰ ਲੈ ਕੇ ਇੰਨਾ ਕਰਿਓਸਿਟੀ ਰੱਖਦਾ, ਪਰ ਕੀ ਉਹ ਜ਼ਿੰਦਗੀ ਤੋਂ ਤੁਸੀਂ ਕੀ ਦੇਖਦੇ ਹੋ? ਦੇਖਣਾ ਕਮਾਈ ਨਹੀਂ ਕੀ ਹੈ, ਤੁਹਾਨੂੰ ਵੀ ਪਤਾ ਹੀ ਹੈ ਨਾ, ਸਾਡੀਆਂ ਜੇ ਕਿਤੇ ਗਵਰਨਮੈਂਟ ਦੀਆਂ ਪਾਲਿਸੀਆਂ ਵਧੀਆ ਬਣ ਜਾਣ, ਹੁਣ ਤੁਹਾਨੂੰ ਵੀ ਪਤਾ ਹੀ ਆ ਬੇਰੁਜ਼ਗਾਰ ਇੰਨੇ ਆ, ਉਹਨਾਂ ਨੂੰ ਰੁਜ਼ਗਾਰ ਮਿਲੇ ਜਿਹੜੇ ਪੜ੍ਹੇ ਲਿਖੇ ਆ, ਹੈ ਨਾ, ਕਈ ਯੂਨੀਵਰਸਿਟੀਆਂ ਬੰਦ ਹੋ ਰਹੀਆਂ, ਕਈ ਕਾਲਜ ਬੰਦ ਹੋ ਰਹੇ ਆ, ਹੈ ਨਾ, ਅਤੇ ਤੁਸੀਂ ਇਹ ਦੇਖੋ ਵੀ ਉਨੇ ਕਾਲਜ ਨੇ ਜਿੰਨੇ ਆਈਲੈਟਸ ਦੇ ਸੈਂਟਰ ਆ। ਸੋ ਮੇਰਾ ਖਿਆਲ ਆ ਕਿ ਸਰਕਾਰ ਨੂੰ ਚਾਹੀਦਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇਵੇ ਅਤੇ ਉਹਨਾਂ ਦਾ ਬਾਹਰ ਦਾ ਕਰੇਜ਼ ਆਪਣੇ ਆਪ ਹੀ ਘੱਟ ਜਾਣਾ। ਕਿਹੜਾ ਦਿਲ ਕਰਦਾ ਮੈਂ 35-40 ਲੱਖ ਰੁਪਈਆ ਲਾ ਕੇ, ਹੈ ਨਾ, 20-25 ਲੱਖ ਰੁਪਈਆ ਲਾ ਕੇ, ਹੁਣ ਚੱਕਰ ਕਿਆ ਜਿਹੜੇ ਬਾਹਰੋਂ ਫੋਟੋਆਂ ਪਾਉਂਦੇ ਮੇਰੇ ਵਰਗੇ ਚਵਲ, ਮੈਂ ਲੈ ਨਹੀਂ ਆਹ ਦੇਖੋ ਇੱਦਾਂ, ਉਹ ਫਿਰ ਇੱਧਰੋਂ ਜਿਹੜੇ ਹੁੰਦੇ ਵਿਚਾਰੇ ਮੇਰੇ ਵਰਗੇ, ਸਾਡੇ ਵਰਗੇ ਮਾਤੜ, ਉਹਨਾਂ ਦੇ ਬੱਚੇ ਐਕਸਾਈਟਡ ਹੁੰਦੇ ਆ ਵੀ ਨਹੀਂ ਪਾਪਾ ਮੈਂ ਵੀ ਬਾਹਰ ਜਾਣਾ, ਹੈ ਨਾ, ਉਹ ਕਹਿੰਦੇ ਦੇਖ ਲਓ ਬਈ। ਫਿਰ ਉਹ ਉੱਥੇ ਮਾਪਿਆਂ ਦਾ ਗਲਾ ਕੁੱਟਿਆ ਜਾਂਦਾ, ਮਾਪਿਆਂ ਦੀਆਂ ਇਛਾਵਾਂ ਮਾਰੀਆਂ ਜਾਂਦੀਆਂ, ਬੱਚਾ ਤਾਂ ਆਪਣੀਆਂ ਇਛਾਵਾਂ ਨੂੰ ਪੂਰਾ ਕਰਨ ਲਈ ਬਾਪ ਦੇ ਗਲੇ 'ਚ ਗੁੱਠਾ ਦੇ ਦਿੰਦਾ, ਪਰ ਉਹ ਫਿਰ ਮਾਂ ਬਾਪ ਪਿਸਦੇ ਆ, ਫਿਰ ਉਹ ਨਹੀਂ ਕਰਦੇ ਤਾਂ ਵੀ ਮਰਦੇ ਆ, ਜੇ ਕਰਦੇ ਆ ਤਾਂ ਵੀ ਮਰਦੇ ਆ, ਹੈ ਨਾ, ਇਹ ਗੱਲ ਆ। ਫਿਰ ਉਹਨੂੰ ਕਰਨਾ ਪੈਂਦਾ ਵਿਚਾਰਿਆਂ ਨੂੰ ਹੋ ਦਓ, ਅਤੇ ਚਲੋ ਖੈਰ ਬਾਹਰਲੀਆਂ ਕੰਟਰੀਆਂ ਹੁਣ ਥੋੜ੍ਹਾ ਜਿਹਾ ਸਟ੍ਰਿਕਟ ਹੋ ਰਹੀਆਂ, ਮੈਂ ਸੱਚੇ ਪਾਤਸ਼ਾਹ ਅੱਗੇ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਸਾਡੇ ਇੱਥੇ ਹੀ ਪੰਜਾਬ ਦੇ, ਇੰਡੀਆ ਦੇ ਕਾਰੋਬਾਰ ਸੈੱਟ ਕਰ,
ਕੋਈ ਬਾਹਰ ਕਿਸੇ ਨੂੰ ਜਾਣ ਦੀ ਲੋੜ ਹੀ ਨਹੀਂ। ਬਿਲਕੁਲ, ਕੀ ਬਾਤ ਹੈ। ਬੀਨੂ ਭਾਜੀ ਨਾਲ ਤੁਸੀਂ ਫਿਲਮ ਦੇ ਵਿੱਚ ਹੈਗੇ ਹੋ, ਹੁਣ ਵੀ ਮੈਂ ਦੇਖਿਆ ਟੇਬਲ 'ਚ ਇਕੱਠੇ ਬੈਠੇ, ਪਤਾ ਨਹੀਂ ਕੀ ਗੱਲਾਂ ਮਾਰਦੇ ਸੀ ਫਿਲਮ 'ਚ, ਸੁਣਾਂਗੇ ਕਿਹੜੀਆਂ ਖੁਸ਼ਖਬਰੀਆਂ ਸਾਂਝੀਆਂ ਕਰਦੇ ਸੀਗੇ। ਪਰ ਤੁਸੀਂ ਬਾਹਰ ਹੋ ਕੇ ਆਏ ਹੋ, ਸਾਨੂੰ ਉਹਨਾਂ ਦਾ ਸੁਭਾਅ ਵੀ ਪਤਾ ਅਤੇ ਤੁਹਾਡਾ ਵੀ ਬਹੁਤ ਚੰਗੀ ਤਰ੍ਹਾਂ ਪਤਾ, ਸੋ ਕਿੰਨੀ ਕੁ ਮੌਜ ਮਸਤੀਆਂ ਰਹੀਆਂ, ਕਿੰਨਾ ਕੁ ਵਧੀਆ ਸਮਾਂ, ਕਿੰਨੀਆਂ ਕੁ ਯਾਦਾਂ ਜੋੜ ਕੇ ਆਏ ਹੋ UK ਦੇ ਵਿੱਚ। ਅੱਛਾ ਕਮਣੀ, ਇਹ ਤੁਹਾਨੂੰ ਪਤਾ ਹੀ ਹੈ ਬੀਨੂ ਭਾਜੀ ਦਾ ਉਹ ਬੰਦਾ ਖੁਰਾਫਾਤੀ ਹੈ, ਸ਼ੁਗਰ ਲਾਉਂਦਾ, ਟੈਨਸ਼ਨ ਨਹੀਂ, ਉਹ ਨਾ ਉਹ ਟੈਨਸ਼ਨ ਦਿੰਦਾ ਅਤੇ ਨਾ ਉਹ ਟੈਨਸ਼ਨ ਲੈਂਦਾ, ਉਹ ਨਹੀਂ 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 ਉਹਨੇ ਸੀਨ ਨੂੰ ਬਹੁਤ ਵਧੀਆ ਬਣਾਇਆ, ਉਹਨਾਂ ਨਾਲ ਇੱਦਾਂ ਬੋਲਿਆ ਸੰਗੇ ਸੰਗੇ ਓਹੋ ਚੱਲ ਦੁਬਾਰਾ, ਸੋ ਮੌਜ ਮਸਤੀ ਕੀਤੀ ਉੱਥੇ, ਕੰਮ ਵੀ ਕੀਤਾ, ਕੰਮ ਨੂੰ ਪ੍ਰਾਇਓਰਟੀ ਦਿੱਤੀ, ਜਦੋਂ ਵਿਹਲੇ ਟਾਈਮ ਆ ਫਿਰ ਗੱਲਾਂ ਬਾਤਾਂ ਵੀ ਮਾਰੀਆਂ, ਮੈਨੂੰ ਭਾਈ ਤਾਸ਼ ਬਹੁਤ ਖੇਡਦਾ, ਦੋ ਬਣੇ ਤੁਸੀਂ? ਨਹੀਂ ਨਹੀਂ ਮੈਨੂੰ ਭਾਬੀ ਨਹੀਂ ਬਣੇ, ਭਾਬੀ ਨਹੀਂ ਖੇਡਦੇ, ਸੀਪ ਖੇਡਦੇ, ਦੋ ਵਾਰੀ ਆਪਾਂ ਹਰਾਇਆ ਭਾਨੂੰ, ਮੈਂ ਤਾਂ ਜੱਗੀ ਸੀ ਅਤੇ ਬੀਨੂ ਮਾਈ ਤਾਂ ਵਿੱਕੀ ਸੀ, ਆਪਾਂ ਕਦੇ ਘੱਟ ਖੇਡੀ ਸੀ ਪਰ ਉੱਦਾਂ ਲੱਲੂ ਕਰੇ ਕਬੱਲੀਆਂ ਰੱਬ ਦਿੱਤੀਆਂ ਮਾਵੇ। ਕੀ ਬਾਤ ਹੈ, ਇਹ ਅਸੀਂ ਸਾਰੀ ਸੋਚਦੇ ਹਾਂ ਭਾਅ ਜੀ ਬਚਪਨ ਦੇ ਵਿੱਚ, ਹੈ ਨਾ, ਫਿਰ ਇੱਕ ਟਾਈਮ ਇੱਦਾਂ ਦਾ ਵੀ ਆਉਂਦਾ ਕਿ ਸਾਡੇ ਹਾਸੇ ਮਖੌਲ ਨੂੰ ਲੋਕ ਇਹੀ ਕਹਿੰਦੇ ਆ ਲੱਲੂ ਕਰੇ ਕਬੱਲੀਆਂ ਰੱਬ ਸਿੱਧੀਆਂ ਪਾਵੇ, ਹੈ ਨਾ, ਪਰ ਇਹ ਸਾਨੂੰ ਪਤਾ ਹੁੰਦਾ ਕਿ ਸਾਡੀ ਮਿਹਨਤ ਕਿੰਨੀ ਹੈ, ਸਾਡੇ ਕੰਪਰੋਮਾਈਜ਼ ਅਤੇ ਸੈਕਰੀਫਾਈਸਿਸ ਕਿੰਨੇ ਆ ਤੁਸੀਂ ਵੀ ਜਾਣਦੇ ਹੋ ਭਾਅ ਜੀ। ਅੱਜ ਹਵਾਈ ਜਹਾਜ਼ਾਂ ਦੇ ਤੁਸੀਂ ਗੇੜੇ ਕੱਢਦੇ ਹੋ, ਬਾਹਰਲੇ ਮੁਲਕਾਂ 'ਚ ਕੰਮ ਕਰਕੇ ਆਉਂਦੇ ਹੋ, ਘੁੰਮ ਕੇ ਆਉਂਦੇ ਹੋ, ਇੰਨੀ ਸਟੇਬਿਲਿਟੀ ਲਾਈਫ ਦੇ ਵਿੱਚ ਮਿਹਨਤ ਨਾਲ ਬਣਾ ਲਈ ਹੈ ਕਿ ਇੱਕ ਨਾਮ ਬਣਾ ਚੁੱਕੇ ਹੋ, ਹੈ ਨਾ, ਪਰ ਅੱਜ ਵੀ ਜਦੋਂ ਹਵਾਈ ਜਹਾਜ਼ 'ਚ ਬਹਿੰਦੇ ਹੋ, ਉੱਚੀ ਉਡਾਨ ਭਰਦੇ ਹੋ, ਕੁਛ ਤਾਂ ਸੋਚਦੇ ਹੋਵੋਗੇ ਪਹਿਲੀ ਵਾਰ ਜਦੋਂ ਘੁੰਮੇ ਸੀ ਜਾਂ ਆਉਣ ਵਾਲੇ ਸਮੇਂ ਨੂੰ ਲੈ ਕੇ? ਬਸ ਸ਼ੁਕਰ ਹੀ ਕਰੀਦਾ ਯਾਰ, ਸ਼ੁਕਰਾਨਾ ਕਰੀਦਾ, ਕੋਈ ਟੈਂਪੂ ਤਾਂ ਨਹੀਂ ਚੜ੍ਹਨ ਦਿੰਦਾ ਜੀ, ਬਿਲਕੁਲ ਮਹਾਰਾਜ ਨੇ ਸੌਣ ਵਾਲੀਆਂ ਸੀਟਾਂ ਦੇ ਵਿੱਚ ਬਿਠਾ ਕੇ ਭੇਜ ਦੇਣਾ, ਕਹਿੰਦਾ ਜਾ ਵੀ ਇਸ ਤੋਂ ਉੱਪਰ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਮਿਸ ਕਰਦੇ ਹਾਂ ਬਹੁਤ, ਪਰਮਾਤਮਾ ਇੱਦਾਂ ਰੱਖੇ। ਬਿਲਕੁਲ, ਜ਼ਿਆਦਾ ਸਮਾਂ ਨਾ ਲੈਂਦੇ ਹੋ, ਇਹਨਾਂ ਦਾ ਸ਼ੋਟ ਰੈਡੀ ਹੈ, ਇੱਕ ਅਖੀਰਲਾ ਸਵਾਲ, ਕਿਉਂਕਿ ਨਿਰਮਲ ਰਿਸ਼ੀ ਮੈਮ ਤੁਹਾਡੇ ਮਦਰ ਬਣੇ ਆ, ਸਾਡੇ ਪੂਰੇ ਪੰਜਾਬੀਆਂ ਦੀ ਉਹ ਅਸੀਂ ਉਹਨੂੰ ਮਾਤਾ ਦਾ ਹੀ ਸਨਮਾਨ ਦਿੰਦੇ ਹਾਂ, ਹੈ ਨਾ, ਸੋ ਉਹਨਾਂ ਨਾਲ ਇੱਕ ਮਾਂ ਪੁੱਤ ਦਾ ਬੌਂਡ ਸ਼ੇਅਰ ਕਰਨਾ ਭਾਵੇਂ ਫਿਲਮੀ ਜ਼ਿੰਦਗੀ ਦੇ ਵਿੱਚ ਹੀ, ਪਰ ਮੈਨੂੰ ਲੱਗਦਾ ਅਸਲ ਜ਼ਿੰਦਗੀ ਦੇ ਨਾਲ ਹੀ ਰਿਲੇਟ ਕਰ ਜਾਂਦਾ ਹੈ। ਬਿਲਕੁਲ, ਉਹ ਲੱਗਦਾ ਹੀ ਨਹੀਂ, ਹਾਂਜੀ, ਉਹ ਮਾਤਾ ਮਿਲ ਕੇ ਮੈਂ ਮੈਰਿਜ ਪਹਿਲਾਂ ਦੇ ਵਿੱਚ ਵੀ ਮੇਰੇ ਮਾਤਾ ਬਣੇ, ਜੀ ਜੀ ਜੀ, ਉਹ ਬਹੁਤ ਉਹਨਾਂ ਨੇ ਮਿੰਦਾ ਦੇਣੇ ਨਹੀਂ, ਸੰਘੇ ਪੁੱਤਰ ਤੂੰ ਇੱਦਾਂ ਕਹਿ, ਤੂੰ ਇੱਦਾਂ ਕਰ, ਉਹ ਵੀ ਬਹੁਤ, ਚਲੋ ਵੱਡੀ ਗੱਲ ਆ, ਇਹ ਛੋਟੇ ਛੋਟੇ ਹੁੰਦੇ ਉਹਨਾਂ ਨੂੰ ਦੇਖਦੇ ਆਏ ਅਤੇ ਅੱਜ ਉਹਨਾਂ ਨਾਲ ਕੰਮ ਕਰਦੇ ਹਾਂ, ਹੈ ਨਾ, ਬਤੌਰ ਐਕਟਰ, ਅਤੇ ਇਹ ਵੱਡਾ ਮਾਣ ਆ, ਬਹੁਤ ਵੱਡਾ, ਉਹ ਪਦਮ ਸ਼੍ਰੀ ਆ, ਹੈ ਨਾ, ਹੁਣ ਉਹ ਪਾਪਟਾ ਦੇ ਪ੍ਰਧਾਨ ਵੀ ਬਣੇ ਆ, ਸੋ ਦੀਦਾਰ ਬਾਈ ਵੀ ਇਸ ਫਿਲਮ 'ਚ ਹੈ ਨਾ, ਉਹਦਾ ਵੀ ਇੱਕ ਵੱਖਰਾ ਕਰੈਕਟਰ ਆ ਦੀਦਾਰ ਦਾ, ਡੇਜੀ ਇੱਕ ਨਿਊਜ਼ੀਲੈਂਡ ਤੋਂ ਗੋਰੀ ਆ, ਹੈ ਨਾ, ਰਾਈਟ, ਯੈਸ, ਤੇ ਮਨੀ ਹੁਣੀ ਉਹ ਵੀ ਬਹੁਤ ਵਧੀਆ ਕੰਮ ਕਰ ਰਿਹਾ, ਉਹ ਵੀ ਇੱਕ ਸਰਪ੍ਰਾਈਜ਼ ਆ, ਓਕੇ, ਵਧੀਆ ਆ, ਤੇ ਮਾਤਾ ਨਾਲ ਮੇਰੀ ਬਹੁਤ ਬੌਂਡਿੰਗ ਆ, ਉਹ ਤਾਂ ਮੈਨੂੰ ਲੱਗਦਾ ਕਿ ਮੈਂ ਤਾਂ ਢਿੱਡੋਂ ਹੀ ਨਹੀਂ ਜੰਮਿਆ, ਬਾਕੀ ਕੋਈ ਚੱਕਰ, ਬਾਕੀ ਪਰਮਾਤਮਾ ਨੇ ਮਿਹਰ ਉਹੀ ਪੂਰੀ ਕੀਤੀ ਹੈ, ਪੂਰੀ ਪੂਰੀ, ਚਲੋ ਵਾਹਿਗੁਰੂ ਹੋਰ ਮਿਹਰ ਕਰੇ, ਇੱਦਾਂ ਦੀਆਂ ਖੁਸ਼ਖਬਰੀਆਂ ਮੈਂ ਕਹਿੰਦੀ ਹਾਂ ਜ਼ਿੰਦਗੀਆਂ ਦੇ ਵਿੱਚ ਮੁੱਕਣ ਹੀ ਨਾ ਤੁਹਾਡੇ। ਥੈਂਕ ਯੂ ਕਮਾਣੀ, ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ, ਤੁਸੀਂ ਆਉਂਦੇ ਯਾਰ, ਤੁਸੀਂ ਚੰਗੇ ਕੰਟੈਂਟ ਨੂੰ, ਚੰਗੇ ਸਬਜੈਕਟ ਨੂੰ ਬਹੁਤ ਵਧੀਆ ਢੰਗ ਨਾਲ ਤੁਸੀਂ ਲੋਕਾਂ ਤੱਕ ਪਹੁੰਚਾਉਂਦੇ ਆ, ਜਿੱਦਾਂ ਸਾਡੀ ਰੀਸੈਂਟਲੀ ਫਿਲਮ ਰਿਲੀਜ਼ ਹੋਈ ਸੀ ਉਹ ਚਾਦਰ ਬਾਬੇ ਨਾਨਕ ਦਾ, ਪਰ ਮੈਨੂੰ ਲੋਕਾਂ ਦੇ ਥੋੜ੍ਹਾ ਜਿਹਾ ਯਾਰ, ਜੇ ਕੋਈ ਉੱਦਾਂ ਦਾ ਪ੍ਰੋਡਿਊਸਰ ਆ ਨਾ ਤਾਂ ਪਲੀਜ਼ ਹੱਲਾ ਸ਼੍ਰੀ ਦਿਆ ਕਰੋ, ਉੱਥੇ ਜਾਇਆ ਕਰੋ ਜ਼ਰੂਰ, ਪਰ ਉਹ ਫਿਲਮ ਐਡੀ ਕੁ ਵਧੀਆ ਕਮਾਣੀ, ਤੁਸੀਂ ਆਪ ਵੀ ਦੇ ਲਿਓ, ਉਹਦੇ ਵਿੱਚ ਕੋਈ ਵੀ ਇਹੋ ਜਿਹਾ ਸੀਨ ਨਹੀਂ, ਕੋਈ ਵੀ ਮੈਂ ਕਹਿੰਦਾ ਮਤਲਬ ਕਿ ਜੱਫੀ ਤੱਕ ਤਾਂ ਨਹੀਂ ਉਹਦੇ ਵਿੱਚ ਸੀ, ਹੈ ਨਾ, ਬੜੀ ਸਾਫ਼, ਉਹ ਇੱਕ ਇਹੋ ਜਿਹੀ ਪਾਕ, ਮੈਂ ਕਹਿੰਦਾ ਵੀ ਉਹ ਨਾ ਹੀ ਇਹੋ ਜਿਹੇ ਮਹਾਂਪੁਰਖਾਂ ਨਾਲ ਜੁੜਿਆ, ਹੈ ਨਾ, ਗੁਰੂ ਨਾਨਕ ਦੇਵ ਜੀ, ਹੈ ਨਾ, ਉੱਚਾ ਦਰ ਬਾਬੇ ਨਾਨਕ ਦਾ, ਅਤੇ ਬੜਾ ਵਧੀਆ,
ਜਿਹੜਾ ਕੁੱਲ ਦੁਨੀਆ ਨੂੰ ਤਾਰ ਗਿਆ, ਜਿਹੜਾ ਸੱਚ ਦਾ ਹੋਕਾ ਮਾਰ ਗਿਆ, ਹੱਥ ਆਪਣੇ ਨਾਲ ਵਾਂਗ ਗਿਆ ਫੱਟੀ ਤੇ ਕੁਮਕਾ, ਉੱਚਾ ਦਰ ਬਾਬੇ ਨਾਨਕ ਦਾ ਲੜ ਲੱਗ ਕੇ ਹੋ ਜੋ ਪਾ, ਉੱਚਾ ਦਰ ਬਾਬੇ ਨਾਨਕ ਦਾ। ਕਿਆ ਬਾਤ ਹੈ। ਸੋ ਜਿਹਨਾਂ ਨਹੀਂ ਦੇਖੀ ਪਹਿਲਾਂ ਦੇਖ ਕੇ ਆਇਓ ਯਾਰ, ਹੁਣ ਦੇਖੋ। ਬਾਕੀ ਬਾਬੇ ਨਾਨਕ ਦੀ ਗੱਲ ਹੋ ਗਈ ਹੈ, ਉਹਨਾਂ ਦੇ ਉੱਚੇ ਦਰ ਦੀ ਗੱਲ ਹੋ ਗਈ ਹੈ, ਅਤੇ ਖੁਸ਼ਖਬਰੀ ਕਿੱਦਾਂ ਨਾ ਬਣੇ, ਹੈ ਨਾ। ਜਦੋਂ ਉਹਦਾ ਹਕੂਮਤ ਹੁੰਦੀ ਹੈ, ਜਦੋਂ ਉਹਦੀ ਮੇਹਰ ਹੁੰਦੀ ਹੈ, ਤਾਂ ਮੈਨੂੰ ਲੱਗਦਾ ਖੁਸ਼ਖਬਰੀਆਂ ਹੀ ਖੁਸ਼ਖਬਰੀਆਂ ਹੁੰਦੀਆਂ। ਫਿਲਹਾਲ ਇਹ ਖੁਸ਼ਖਬਰੀ ਸਪਟੰਬਰ ਅਕਤੂਬਰ 'ਚ ਤੁਸੀਂ ਵੀ ਵੇਖੋਗੇ। ਇਹ ਵੀ ਬਾਬੇ ਨਾਨਕ ਦੇ ਆਸ਼ੀਰਵਾਦ ਨਾਲ ਹੈ ਨਾ ਸਾਨੂੰ ਖੁਸ਼ਖਬਰੀ ਮਿਲੀ ਹੈ, ਅਤੇ ਤੁਹਾਨੂੰ ਵੀ ਦੇਖਣ ਨੂੰ ਖੁਸ਼ਖਬਰੀ ਮਿਲੂਗੀ। ਅਤੇ ਖੁਸ਼ਖਬਰੀ ਵਿੱਚ ਇਹੋ ਜਿਹਾ ਸਰਪ੍ਰਾਈਜ਼ ਸੀ ਨਾ, ਮੇਰਾ ਇੱਕ ਬਹੁਤ ਵਧੀਆ ਕਰੈਕਟਰ ਆ, ਮੈਂ ਐਡਵੋਕੇਟ ਬਣਿਆ। ਮੈਂ ਸ਼ਕਲੋਂ ਤਾਂ ਨਹੀਂ ਲੱਗ ਰਿਹਾ ਨਾ, ਪਰ ਉਹਦੇ ਵਿੱਚ ਮੈਂ ਲੱਗ ਰਿਹਾ, ਤੈਨੂੰ ਮੈਂ ਦੱਸ ਦੇਣਾ ਤੂੰ ਕੀ ਝੱਕੀ ਜਾਂਦਾ। ਉੱਥੇ ਫਿਲਮ ਦੇਖ ਵੀਰੇ, ਦੇਖ ਲਈ ਯਾਰ ਫਿਲਮ, ਖੁਸ਼ਖਬਰੀ ਆਉਣੀ ਹੈ। ਦੇਖੀ ਲਹਿਰਾਂ ਲਾਵਾਂਗੇ ਪੂਰੀਆਂ, ਪੂਰਾ ਐਂਟਰਟੇਨਮੈਂਟ ਆ, ਅਤੇ ਤੁਸੀਂ ਖੁਸ਼ ਹੋ ਕੇ ਜਾਵੋਗੇ। ਖੁਸ਼ਖਬਰੀ, ਹਾਂ। ਤੇ ਮੈਨੂੰ ਇਸ ਗੱਲ ਦੀ ਖੁਸ਼ਖਬਰੀ ਹੈ ਬਈ, ਬੀਨੂ ਢਿੱਲੋਂ ਜੀ ਨੇ ਆਪਣਾ ਕਾਲਾ ਕੋਟ ਇਸ ਵਾਰ ਇੱਧਰ ਸ਼ਿਫਟ ਕਰਤਾ, ਤੇ ਹੁਣ ਉਹ ਕਿੱਦਾਂ ਕਿੱਦਾਂ ਦੀਆਂ ਖੁਸ਼ਖਬਰੀਆਂ ਲੈ ਕੇ ਆਉਂਦੇ ਨੇ। ਪਰ ਇੱਕ ਤਾਂ ਨਾ ਗਵਣੀ, ਆਪਾਂ ਨਾ ਰਫੂ ਕਰਾ ਕੇ ਪਾਇਆ, ਹਾਂ, ਤੇ ਨਾ ਧੋ ਕੇ ਪਾਇਆ, ਬ੍ਰਾਂਡ ਨਿਊ ਜਤਿੰਦਰ ਭਾਜੀ ਨੇ ਮੈਨੂੰ ਸਵਾ ਕੇ ਦਿੱਤਾ, ਤੇ ਪੂਰਾ ਫਿਟਿੰਗ ਵਾਲਾ, ਹੈ ਨਾ। ਸੋ ਇਹ ਖੁਸ਼ਖਬਰੀ ਹੈ, ਹੁਣ ਕਿੱਦਾਂ ਕਿੱਦਾਂ ਦੀਆਂ ਖੁਸ਼ਖਬਰੀਆਂ ਅਨਫੋਲਡ ਹੋਣਗੀਆਂ, ਫਿਲਮ ਆਉਣ ਤੇ ਪਤਾ ਲੱਗੇਗਾ। ਫਿਲਹਾਲ ਅਸੀਂ ਆ ਔਨ ਲੋਕੇਸ਼ਨ, ਸੋ ਹੁਣ ਕਿਹਦੇ ਨਾਲ ਮੁਲਾਕਾਤ ਹੁੰਦੀ ਹੈ, ਤੁਹਾਨੂੰ ਮਿਲਵਾਉਂਦੇ ਹਾਂ ਤੇ ਦਿੰਦੇ ਹਾਂ ਅਗਲੀ ਖੁਸ਼ਖਬਰੀ। ਫਿਲਹਾਲ ਦੇ ਲਈ ਨਹੀਂ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ। ਥੈਂਕ ਯੂ।